जिथे 8 मार्च नूं पूरी दुनिया अंतरराष्ट्री महिला दिवस मना रही है, उत्थे ही दूजे पासे जलंधर च लड़कियां दे शेल्टर होम गांधी वनीता आश्रम दीआं लड़कियां ने उन्हां नाल हो रही धक्केशाही दे विरुद्ध उत्थों भज गईआं। 39 लड़कियां इत्थों फरार हो गईआं, जिस विच 35 लड़कियां बाद विच प्रशासन ने फड़ लईआं, जदों कि 4 लड़कियां अजे भी लापता हन जो कि देर रात वापस आ गईआं। लड़कियां दा कहना है कि वह पंजाब दे वख-वख ज़िलिआं नाल संबंधित हन। उन्हां च ज़्यादातर ने घरों भज के विआह करा लिया सी। उस समय वह नाबालग सी ते उन्हां नूं गिरफ्तार कर लिया गया अते गांधी वनीता आश्रम विच रख्या गया। उन्हां कहा कि 2 साल तो वध दे समय तो आश्रम विच रह रहीआं ने ते हुण वह बालक हन, पर उन्हां नूं आश्रम तो रिहा नहीं किया जा रहा, जिस तों तंग आ के वह आश्रम तो भज गईआं सन। इत्थे ही बस नहीं, लड़कियां ने कुटमार अते धक्केशाही करन दे दोष भी लगाए हन। सारे शहरों बाहर जलंधर बाहर सारी जलंधर की कोई नहीं है। सिर्फ इन्नी की थोड़ी डिमांड की तुहानू मुंडे लगा के जेजे नाल गया होए, इन्हां नूं कोई शिकायत नहीं होर कौन करता है सब किस दौरान कदों हुई सारे भज के बाहर आ गए, कभी कट्ठे हो गए, कभी उन्होंने गल की कहते जो लड़कियां गांधी वनीता आश्रम तो भज गई तो जलंधर प्रशासन के हाथ अते पैर फुल गए और उस तो बाद उन्होंने 35 लड़कियां आश्रम ले आंदा, जबकि 4 लड़कियां अजे भी लापता सन, जिस बारे पुलिस का कहना है कि वह भी जल्द आश्रम च आ जाएगियां। गांधी वनीता आश्रम के साढ़े SHO 2 के अंडर पैंदा, उन्होंने फोन आया भी लड़कियां ने स्ट्राइक करती है। जो इमीजिएटली पुलिस मौके पर आई, जो देखा तो इतने आके देखा इतों लड़कियां जिहड़ियां बाहर निकल रही सी गांधी वनीता आश्रम, तो आके हुण पता किया इन्हां दे स्टाफ नूं बुलाया सारे, टोटल दसते 85 लड़कियां आया इतने, तो उहदे विचों 81 जिहड़ियां हैगियां, तो 4 भी सानूं पता लगा कि रस्ते दे विच आ भी उहदी आ रहीयां वापस। सर, कुड़ियां ने तुहानूं जिन्हां कोल तुसीं बरामद कर लिया उन्हां कुड़ियां ने दस्सिया कि असीं क्यों भज्जे? इन्हां दी इह सी वी जिहड़ा स्टाफ है साडी गल नहीं सुणदा, कुछ सानूं जिहड़ी भी कोई दुख तकलीफ हुंदी आ
ਜਦੋਂ ਅਸੀਂ ਇਹਨਾਂ ਨੂੰ ਦੱਸਦੇ ਹਾਂ ਸਾਡੀ ਸੁਣਵਾਈ ਨਹੀਂ ਹੁੰਦੀ। ਟੋਟਲ ਨੰਬਰ ਆਫ ਲੜਕੀਆਂ ਕਿੰਨੀਆਂ ਸੀਗੀਆਂ ਇੱਥੇ? 85 ਦੱਸਦੇ 85। ਅਤੇ ਭੱਜਣ ਵਾਲੇ ਕਿੰਨੀਆਂ ਸੀਗੀਆਂ ਕੁੜੀਆਂ? ਉਹ 39 ਦੇ ਕਰੀਬ ਸੀਗੀਆਂ। ਬਰਾਮਦ ਕਿੰਨੀਆਂ ਹੋ ਗਈਆਂ ਨੇ? ਬਰਾਮਦ ਹੁਣ ਇਹਨਾਂ ਨੇ ਗਿਣਤੀ ਕੀਤੀ ਸਾਰੀ। ਅੱਛਾ ਜੀ, 81 ਹੈਗੀਆਂ ਉੱਥੇ ਅੰਦਰ ਲੜਕੀਆਂ। 5 ਮਿਸਿੰਗ ਨੇ ਹਲੇ? ਚਾਰ ਮਿਸਿੰਗ, 85 ਸੀਗੀਆਂ ਟੋਟਲ। ਅਤੇ ਸਰ ਇਹਨਾਂ ਨੇ ਇਹ ਭੱਜੀਆਂ ਕਿੱਥੋਂ ਨਿਕਲੀਆਂ ਕਿੱਥੋਂ ਨਹੀਂ ਤਾਂ ਸ਼ੰਭੂ ਬਾਹਰ? ਇਹ ਤਾਂ ਅੰਦਰ ਹੀ ਸਟਾਫ ਦੇ ਨਾਲ ਹੀ ਇਹਨਾਂ ਨੇ ਗਰਕ ਕੀਤੇ ਸੀਗੀ। ਉਹਨਾਂ ਨੂੰ ਇੱਕ ਲੜਕੀ ਕਹਿੰਦੇ ਬੇਹੋਸ਼ ਹੋ ਗਈ ਹੈ ਇਹਨਾਂ ਦੇ ਦੱਸਣ ਦੇ ਮੁਤਾਬਕ। ਜਦੋਂ ਸਟਾਫ ਵਾਲੀ ਉਹਨਾਂ ਦੇ ਕੋਲ ਗਈ ਅਤੇ ਬਾਕੀ ਲੜਕੀਆਂ ਜਿਹੜੀਆਂ ਬਾਹਰ ਆ ਗਈਆਂ। ਪਤਾ ਲੱਗਾ ਸਰ ਸਟਾਫ ਵੱਲੋਂ ਉਹਦੇ ਥੱਪੜ ਮਾਰੇ ਗਏ ਸੀ, ਇਸ ਕਰਕੇ ਉਹ ਬੇਹੋਸ਼ ਹੋਈ ਸੀ, ਤਾਂ ਕਰਕੇ ਇਹਨਾਂ ਕੁੜੀਆਂ ਨਾਲ ਸਟੈਪ ਲੈਣਾ ਪਿਆ? ਨਹੀਂ, ਲੜਕੀਆਂ ਨੂੰ ਮੈਂ ਮਿਲਿਆ, ਇੱਦਾਂ ਦੀ ਕੋਈ ਗੱਲ ਆਈ ਮੇਰੇ ਧਿਆਨ 'ਚ। ਸਰ ਇੱਥੇ ਇੱਕ ਐਗਜ਼ਿਟ ਪੁਆਇੰਟ ਇੱਕੋ ਹੀ ਹੈਗਾ, ਐਂਟਰੀ ਪੁਆਇੰਟ ਵੀ ਉਹੀ, ਐਗਜ਼ਿਟ ਪੁਆਇੰਟ ਵੀ ਉੱਥੇ ਹੀ ਹੈ। ਉੱਥੇ ਹਮੇਸ਼ਾ ਤਾਲਾ ਲੱਗ ਰਹਿੰਦਾ। ਅਤੇ ਕਿੱਦਾਂ ਨਿਕਲਿਆ ਬਾਹਰ ਇਹਨਾਂ ਨੇ? ਕਿਹਾ ਲੜਕੀਆਂ ਨੇ ਕਿਸੇ ਨਾਲ ਕੋਈ ਦਿਖਾ ਵਗੈਰਾ ਕੀਤਾ ਤਾਂ ਨਿਕਲਿਆ ਬਾਹਰ, ਕਿ ਇਹਨਾਂ ਪ੍ਰਬੰਧਕਾਂ ਦੀ ਕੋਈ ਮਿਲੀ ਭਗਤ ਸੀ ਵਿੱਚ? ਇਕੱਠੀਆਂ ਜਿਹੜਾ ਮੇਨ ਗੇਟ 'ਤੇ ਸੀਗਾ ਨਾ, ਉਹ ਚੌਂਕੀਦਾਰ ਉਹ ਦੱਸਦਾ ਸੀ ਲੜਕੀਆਂ ਜਦੋਂ ਇਕੱਠੀਆਂ ਹੋ ਕੇ ਆ ਗਈਆਂ ਤਾਂ ਜ਼ਬਰਦਸਤੀ ਨਿਕਲ ਗਈਆਂ। ਅਤੇ ਅਸੀਂ ਕੋਈ ਪ੍ਰਬੰਧਕਾਂ ਦਾ ਕੋਈ ਰੋਲ ਨਿਕਲਿਆ ਹੈ ਤਾਂ ਇਹਨਾਂ ਨੂੰ ਭਜਾਉਣ ਦੇ ਵਿੱਚ? ਵੈਰੀਫਾਈ ਕਰ ਰਹੇ ਹਾਂ, ਦੇਖਦੇ ਹਾਂ। ਇੱਕ ਨਾ ਲੜਕੀਆਂ ਦਾ ਆਰੋਪ ਸੀਗਾ ਕਿ ਸਾਡਾ ਮਾਰਕੀਟ ਹੁੰਦੀ, ਕਈ ਲੜਕੀਆਂ ਨੇ ਆਪਣੇ ਨਿਸ਼ਾਨ ਵੀ ਦਿਖਾਏ, ਸਾਨੂੰ ਚੋਟ ਲੱਗੀ ਹੋਈ, ਅਸੀਂ ਬਾਲਾਂ ਗਾ, ਸਾਨੂੰ ਫਿਰ ਵੀ ਇੱਥੇ ਮੰਨਿਆ। ਜਿਨ੍ਹਾਂ ਨੇ ਮਾਰਪੀਟ ਕੀਤੀ ਉਹਨਾਂ ਬਾਰੇ ਨਾਮ ਲਿਆ ਲੜਕੀਆਂ ਨੇ, ਕਿਹਨਾਂ ਨੇ ਮਾਰਪੀਟ ਕੀਤੀ? ਹਜੇ ਸਾਨੂੰ ਨਹੀਂ ਇੱਦਾਂ ਦੀ ਨਹੀਂ ਕੋਈ ਸਟੇਟਮੈਂਟ, ਕੋਈ ਨਾਮ ਨਹੀਂ ਲਿਆ। ਜਿਨ੍ਹਾਂ ਨਾਮ ਲੜਕੀਆਂ ਨੇ ਲਿਆ ਉਹ ਤਾਂ ਚਲੋ ਆਫਿਸ਼ੀਅਲੀ ਮੀਡੀਆ ਵਾਲੇ ਵੀ ਪਤਾ ਆ ਗਈ, ਅਤੇ ਕਿਆ ਉਹਨਾਂ 'ਤੇ ਕਾਰਵਾਈ ਬਣੇਗੀ? ਬਿਲਕੁਲ, ਜੋ ਇਹਨਾਂ ਵੱਲੋਂ ਸਾਡੇ ਵੱਲ ਲਿਖਤੀ ਆਊਗੀ ਕਾਰਵਾਈ ਤਾਂ ਹੋਊਗੀ। ਸਵਾਲ ਇਹ ਹੈ ਕਿ ਕੁੜੀਆਂ ਗਾਂਧੀ ਵਨੀਤਾ ਆਸ਼ਰਮ ਤੋਂ ਕਿਉਂ ਭੱਜੀਆਂ ਅਤੇ ਸੁਰੱਖਿਆ ਦੇ ਹਿਸਾਬ ਨਾਲ ਕਿਸ ਦੀ ਗਲਤੀ ਹੈ? ਕੈਮਰਾਮੈਨ ਰਾਜੂ ਗੁਪਤਾ ਦੇ ਨਾਲ ਸ਼ਿਖਾ ਪੰਡਿਤ, ਵੌਇਸ ਆਫ ਪੰਜਾਬ, ਜਲੰਧਰ। ਜੇ ਤੁਹਾਡੇ ਵਿੱਚ ਵੀ ਹੈ ਲਿਖਣ ਦੀ ਇੱਛਾ ਸ਼ਕਤੀ, ਜੇ ਤੁਹਾਡੇ ਆਲੇ ਦੁਆਲੇ ਵੀ ਹੋ ਰਿਹਾ ਹੈ ਕੁਝ ਗਲਤ, ਜੇ ਤੁਸੀਂ ਵੀ ਚਾਹੁੰਦੇ ਹੋ ਸਮਾਜ 'ਚ ਸੁਧਾਰ ਲੈ ਕੇ ਆਉਣਾ, ਤਾਂ ਸੋਚਦੇ ਕੀ ਹੋ, ਅੱਜ ਹੀ ਜੁੜੋ ਵੌਇਸ ਆਫ ਪੰਜਾਬ ਦੇ ਨਾਲ। ਵੌਇਸ ਆਫ ਪੰਜਾਬ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਪੱਤਰਕਾਰਾਂ ਦੀ ਲੋੜ ਹੈ। ਸਾਡੇ ਨਾਲ ਇਹਨਾਂ ਮੋਬਾਈਲ ਨੰਬਰਾਂ 'ਤੇ ਸੰਪਰਕ ਕਰੋ, 9814400041, 9788000870। ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਸਾਡਾ ਈਮੇਲ ਆਈ ਡੀ ਹੈ voiceofpunjabtv@gmail.com।